ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹਲਾ ਪੰਜਵਾਂ। ਰਾਖਣ ਹਾਰ ਦਇਆਲ, ਕੋਟ ਭਾਵ ਖੰਡੇ ਨਿਮਖ ਖਿਆਲ। ਰਾਖਣ ਹਾਰ ਦਇਆਲ, ਕੋਟ ਭਾਵ ਖੰਡੇ ਨਿਮਖ ਖਿਆਲ। ਸਗਲ ਅਰਾਧੈ ਚੰਤ, ਮਿਲੀਐ ਪ੍ਰਭ ਗੁਰ ਮਿਲ ਮੰਤ। ਜੀਅਨ ਕੋ ਦਾਤਾ ਮੇਰਾ ਪ੍ਰਭ, ਪੂਰਨ ਪਰਮੇਸ਼ਰ ਸੁਆਮੀ। ਘਟ ਘਟ ਰਾਤਾ ਮੇਰਾ ਪ੍ਰਭ ਰਹਾਉ। ਤਾਕੀ ਗਹੀ ਮਨ ਓਟ, ਬੰਧਨ ਤੇ ਹੋਈ ਛੋਟ। ਹਿਰਦੈ ਜਪ ਪਰਮਾਨੰਦ, ਮਨ ਮਾਹੇ ਭਏ ਆਨੰਦ। ਤਾਰਨ ਤਾਰਨ ਹਰ ਸਰਨ, ਜੀਵਨ ਰੂਪ ਹਰ ਚਰਨ। ਸੰਤਨ ਕੇ ਪ੍ਰਾਣ ਆਧਾਰ, ਉੱਚੇ ਤੇ ਉੱਚੇ ਅਪਾਰ। ਸੋ ਮਤ ਸਾਰ ਜਿਤ ਹਰ ਸਿਮਰੀ ਚੈ, ਕਰ ਕਿਰਪਾ ਜਿਸੇ ਆਪੇ ਦੀਜੈ। ਸੁਖ ਸਹਿਜ ਆਨੰਦ ਹਰ ਨਾਉ, ਨਾਨਕ ਜਪਿਆ ਗੁਰ ਮਿਲ ਨਾਉ। ਸੋ ਮਤ ਸਾਰ ਜਿਤ ਹਰ ਸਿਮਰੀ ਚੈ, ਕਰ ਕਿਰਪਾ ਜਿਸੇ ਆਪੇ ਦੀਜੈ। ਸੁਖ ਸਹਿਜ ਆਨੰਦ ਹਰ ਨਾਉ, ਨਾਨਕ ਜਪਿਆ ਗੁਰ ਮਿਲ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਰਾਮਕਲੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ। ਗੁਰੂ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ, ਹੇ ਭਾਈ, ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ, ਦਇਆ ਦਾ ਸੋਮਾ ਹੈ। ਜੇ ਅੱਖ ਫਰਕਣ ਜਿਤਨੇ ਸਮੇਂ ਵਾਸਤੇ ਵੀ ਉਸਦਾ ਧਿਆਨ ਧਰੀਏ ਤਾਂ ਕਰੋੜਾਂ ਜਨਮਾਂ ਦੇ ਗੇੜ ਕੱਟੇ ਜਾਂਦੇ ਹਨ। ਸਾਰੇ ਜੀਵ ਉਸੇ ਦਾ ਆਰਾਧਨ ਕਰਦੇ ਹਨ। ਹੇ ਭਾਈ, ਗੁਰੂ ਨੂੰ ਮਿਲ ਕੇ, ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਹੈ। ਹੇ ਭਾਈ, ਮੇਰਾ ਪ੍ਰਭੂ ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਮੇਰਾ ਮਾਲਕ ਪਰਮੇਸ਼ਰ ਪ੍ਰਭੂ ਸਭ ਵਿੱਚ ਵਿਆਪਕ ਹੈ, ਹਰੇਕ ਸਰੀਰ ਵਿੱਚ ਰਮਿਆ ਹੋਇਆ ਹੈ। ਠਹਿਰਾਓ ਹੇ ਮਨ, ਜਿਸ ਮਨੁੱਖ ਨੇ ਉਸ ਪਰਮਾਤਮਾ ਦਾ ਆਸਰਾ ਲੈ ਲਿਆ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਉਸਦੀ ਖਲਾਸੀ ਹੋ ਗਈ। ਸਭ ਤੋਂ ਉੱਚੇ ਸੁੱਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿੱਚ ਜਪ ਕੇ ਮਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਬਣ ਜਾਂਦੀਆਂ ਹਨ। ਹੇ ਭਾਈ, ਪਰਮਾਤਮਾ ਦਾ ਆਸਰਾ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਲਈ ਜਹਾਜ਼ ਹੈ। ਪ੍ਰਭੂ ਦੇ ਚਰਨਾਂ ਦੀ ਓਟ ਆਤਮਿਕ ਜੀਵਨ ਦੇਣ ਵਾਲੀ ਹੈ। ਪਰਮਾਤਮਾ ਸੰਤ ਜਨਾਂ ਦੀ ਜਿੰਦ ਦਾ ਆਸਰਾ ਹੈ, ਉਹ ਸਭਨਾਂ ਤੋਂ ਉੱਚਾ ਤੇ ਬੇਅੰਤ ਹੈ। ਹੇ ਭਾਈ, ਉਹ ਮਤ ਗ੍ਰਹਿਣ ਕਰ ਜਿਸਦੇ ਰਾਹੀਂ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ। ਪਰ ਉਹੀ ਮਨੁੱਖ ਅਜਿਹੀ ਮਤ ਗ੍ਰਹਿਣ ਕਰਦਾ ਹੈ ਜਿਸ ਨੂੰ ਪ੍ਰਭੂ ਕਿਰਪਾ ਕਰਕੇ ਆਪ ਹੀ ਦਿੰਦਾ ਹੈ। ਪਰਮਾਤਮਾ ਦਾ ਨਾਮ ਸੁੱਖ,
ਆਤਮਕ ਅਡੋਲਤਾ ਤੇ ਆਨੰਦ ਦਾ ਸੋਮਾ ਹੈ। ਇਹ ਨਾਨਕ ਜਿਸਨੇ ਇਹ ਨਾਮ ਜਪਿਆ ਹੈ, ਗੁਰੂ ਨੂੰ ਮਿਲ ਕੇ ਹੀ ਜਪਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟਡ ਬਾਈ ਆਵਰ ਫਿਫਥ ਗੁਰੂ, ਗੁਰੂ ਅਰਜਨ ਦੇਵ ਜੀ, ਅੰਡਰ ਹੈਡਿੰਗ ਰਾਮ ਕਲੀ ਫਿਫਥ ਮਹਿਲ। ਗੁਰੂ ਸਾਹਿਬ ਜੀ ਸੇਇੰਗ ਦੈਟ ਦ ਸੇਵੀਅਰ ਲਾਰਡ ਇਜ਼ ਮਰਸੀਫੁਲ, ਮਿਲੀਅਨਸ ਆਫ ਇਨਕਾਰਨੇਸ਼ਨਸ ਆਰ ਇਰੇਡੀਕੇਟਡ ਇਨ ਐਨ ਇੰਸਟੈਂਟ ਕੰਟੈਂਪਲੇਟਿੰਗ ਦ ਲਾਰਡ। ਆਲ ਬੀਂਗਸ ਵਰਸ਼ਿਪ ਐਂਡ ਅਡੋਰ ਹਿਮ। ਰਿਸੀਵਿੰਗ ਦ ਗੁਰੂਜ ਮੰਤਰਾ ਵਨ ਮੀਟਸ ਗੋਡ। ਮਾਈ ਗੋਡ ਇਜ਼ ਦ ਗਿਵਰ ਆਫ ਸੋਲਸ, ਦ ਪਰਫੈਕਟ ਟ੍ਰਾਂਸੀਡੈਂਟ ਲਾਰਡ ਮਾਸਟਰ। ਮਾਈ ਗੋਡ ਇੰਪਿਊਸ ਈਚ ਐਂਡ ਐਵਰੀ ਹਾਰਟ। ਪੌਜ਼। ਮਾਈ ਮਾਇੰਡ ਹੈਜ਼ ਗ੍ਰਾਸਪਡ ਹਿਜ਼ ਸਪੋਰਟ। ਮਾਈ ਬੋਂਡਸ ਹੈਵ ਬੀਨ ਸ਼ੈਟਰਡ। ਵਿਦ ਇਨ ਮਾਈ ਹਾਰਟ ਆਈ ਮੈਡੀਟੇਟ ਔਨ ਦ ਲਾਰਡ, ਦ ਐਮਬੋਡੀਮੈਂਟ ਆਫ ਸੁਪਰੀਮ ਬਲਿਸ। ਮਾਈ ਮਾਇੰਡ ਇਜ਼ ਫਿਲਡ ਵਿਦ ਐਕਸਟੈਸੀ। ਦ ਲਾਰਡ ਸੈਂਕਚੁਰੀ ਇਜ਼ ਦ ਬੋਟ ਟੂ ਕੈਰੀ ਅਸ ਅਕਰੋਸ। ਦ ਲਾਰਡਸ ਫੀਟ ਆਰ ਦ ਐਮਬੋਡੀਮੈਂਟ ਆਫ ਲਾਈਫ ਇਟਸੈਲਫ। ਦੇ ਆਰ ਦ ਸਪੋਰਟ ਆਫ ਦ ਬ੍ਰੈਥ ਆਫ ਲਾਈਫ ਆਫ ਦ ਸੈਂਟਸ। ਗੋਡ ਇਜ਼ ਇਨਫਿਨਿਟ, ਦ ਹਾਈਐਸਟ ਆਫ ਦ ਹਾਈ। ਦੈਟ ਮਾਇੰਡ ਇਜ਼ ਐਕਸਲੈਂਟ ਐਂਡ ਸਬਲਾਈਮ, ਵਿਚ ਮੈਡੀਟੇਟਸ ਇਨ ਰਿਮੈਂਬਰੈਂਸ ਔਨ ਦ ਲਾਰਡ। ਇਨ ਹਿਜ ਮਰਸੀ ਦ ਲਾਰਡ ਹਿਮਸੈਲਫ ਬੈਸਟੋਜ ਇਟ ਪੀਸ। ਪੀਸ ਇਨੀਸ਼ੀਏਟਿਵ ਪੋਇਸ ਐਂਡ ਬਲਿਸ ਆਰ ਫਾਊਂਡ ਇਨ ਦ ਲਾਰਡਸ ਨੇਮ। ਮੀਟਿੰਗ ਵਿਦ ਦ ਗੁਰੂ ਨਾਨਕ ਚੈਂਟਸ ਦ ਨੇਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।